ਪੁੱਤਰ ਤੂੰ ਆਪਣੇ ਪਾਪਾ ਦਾ ਹੱਥ ਫੜ ਕੇ ਖੜ, ਮੈਂ ਤੇਰੇ ਸਵਾਗਤ ਤੇਲ ਚੋਣਾ। ਮੰਮੀ ਅੱਜ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ? ਇਵੇਂ ਦਾ ਕੁਛ ਨਹੀਂ ਹੁੰਦਾ, ਤੁਸੀਂ ਐਵੇਂ ਹੀ ਡਰਦੇ ਰਹਿੰਦੇ ਹੋ। ਓਹੋ ਪੁੱਤਰ ਜੀ, ਤੇਰੇ ਮੰਮਾ ਦੇ ਡਰ ਦੇ ਪਿੱਛੇ ਤੇਰੇ ਲਈ ਪਿਆਰ ਹੈ। ਉਹ ਤੈਨੂੰ ਖੁਦ ਨਾਲੋਂ ਵੱਧ ਪਿਆਰ ਕਰਦੀ ਹੈ, ਤੈਨੂੰ ਲੈ ਕੇ ਛੋਟਾ ਜਿਹਾ ਰਿਸਕ ਵੀ ਨਹੀਂ ਲੈਣਾ ਚਾਹੁੰਦੀ। ਇਸ ਲਈ ਉਹ ਜੋ ਕਰਨਾ ਚਾਹੁੰਦੀ ਹੈ ਉਹਨੂੰ ਕਰ ਲੈਣ ਦੇ ਪੁੱਤਰ। ਮੈਂ ਤੇਲ ਲੈ ਕੇ ਆਉਂਦੀ। ਗੁਰਮਨ, ਮਣੀ, ਕਿਰਤ ਕਿਵੇਂ ਆ ਹੁਣ? ਆਂਟੀ ਜੀ, ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਠੀਕ ਹੈ। ਗੁਰਮਨ, ਮੈਂ ਇਹਦੀ ਨਜ਼ਰ ਉਤਾਰ ਦਿੰਦੀ ਹਾਂ। ਮੈਨੂੰ ਲੱਗਦਾ ਇਹਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਮੈਨੂੰ ਲੱਗਦਾ ਤੁਹਾਡੀ ਲੱਗੀ ਹੈ। ਕਿਰਤ ਪੁੱਤਰ, ਇੱਦਾਂ ਨਹੀਂ ਬੋਲਦੇ। ਤੁਸੀਂ ਬੁਰਾ ਨਾ ਮੰਨਿਓ, ਅਜੇ ਬੱਚੀ ਹੈ, ਟੌਂਟ ਮਾਰਨ 'ਚ ਤਾਂ ਸਾਰਿਆਂ ਦੀ ਮਾਂ ਹੈ। ਸੰਗਤ ਦਾ ਹੀ ਅਸਰ ਹੈ ਆਂਟੀ ਜੀ। ਓਹੋ ਕਿਰਤ, ਬਸ ਬਹੁਤ ਹੋ ਗਿਆ, ਤੂੰ ਹੁਣ ਅੰਦਰ ਚੱਲ। ਤੁਸੀਂ ਦਿਲ 'ਤੇ ਨਾ ਲਿਓ ਕੋਈ ਵੀ ਗੱਲ, ਆ ਜਾਓ ਨਾ ਅੰਦਰ, ਚਾਹ ਪੀਂਦੇ ਆਪਾਂ। ਫਿਰ ਕਦੇ ਤੁਸੀਂ ਇਹਦੀ ਸੇਵਾ ਕਰੋ, ਮੈਂ ਹੁਣ ਚੱਲਦੀ ਹਾਂ, ਕਿਸੇ ਹੋਰ ਦਿਨ ਆਊਂਗੀ। ਮੈਨੂੰ ਕਿਉਂ ਲੱਗ ਰਿਹਾ ਕਿ ਲਵਲੀ ਆਂਟੀ ਕਿਸੇ ਹੋਰ ਮਕਸਦ ਨਾਲ ਆਈ ਸੀ। ਦਾਦੀ ਜੀ, ਅੱਜ ਤੁਹਾਡੇ ਪੈਰਾਂ ਦਾ ਨਾ ਸਾਰਾ ਦਰਦ ਗਾਇਬ ਕਰ ਦੇਣਾ ਮੈਂ। ਵਾਹ, ਅੱਜ ਤਾਂ ਦਾਦੀ ਦੀ ਬੜੀ ਸੇਵਾ ਹੋ ਰਹੀ ਹੈ, ਕੀ ਗੱਲ ਹੈ? ਉਹ ਕੋਈ ਗੱਲ ਨਹੀਂ ਦਾਦੀ ਜੀ, ਵੱਡਿਆਂ ਦੀ ਸੇਵਾ ਕਰਨਾ ਤਾਂ ਸਾਡਾ ਫਰਜ਼ ਹੈ, ਨਾਲੇ ਆ ਮੌਕਾ ਰੋਜ਼ ਰੋਜ਼ ਥੋੜੀ ਮਿਲਦਾ। ਪਰਮਾਤਮਾ ਨਾ ਤੇਰੇ ਵਰਗਾ ਪੁੱਤਰ ਸਾਰਿਆਂ ਨੂੰ ਦੇਵੇ। ਸਹੀ ਆ, ਆ ਜਾ ਆ ਜਾ, ਲੰਘਾ। ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ ਪੁੱਤਰ। ਚੰਗਾ ਖੂਨ ਨਾ ਚੰਗਾ ਹੀ ਹੁੰਦਾ, ਕਿੰਨਾ ਚੰਗਾ ਮੁੰਡਾ ਹੈ, ਤੇ ਇੱਕ ਉਹ ਕਿਰਤ। ਕਿਰਤ, ਉਹ ਹੁਣ ਕੀ ਨਵਾਂ ਕਾਰਾ ਕਰਤਾ ਉਹਨੇ? ਉਹ ਬਦਤਮੀਜ਼ਾਂ ਦੀ ਰਾਣੀ ਹੈ ਉਹ। ਬਿਲਕੁਲ, ਪਤਾ ਨਹੀਂ ਕਿਹੜੀਆਂ ਹਵਾਵਾਂ ਚੁੜਦੀ ਫਿਰਦੀ ਹੈ। ਤੁਸੀਂ ਸਾਰੇ ਉਹਨੂੰ ਇੰਪੋਰਟੈਂਸ ਦਿੰਦੇ ਹੋ, ਮੈਨੂੰ ਤਾਂ ਉਹ ਕ੍ਰੈਕ ਲੱਗਦੀ ਹੈ। ਲੱਗਦਾ ਉਸ ਸਿਰਫਰੀ ਦੀ ਗੱਲਾਂ ਚੱਲ ਰਹੀਆਂ। ਬਿਲਕੁਲ, ਭੋਰਾ ਅਕਲ ਨਹੀਂ ਸਿਖਾਈ ਉਹਦੀ ਮਾਂ ਨੇ ਉਹਨੂੰ। ਉਹ ਛੱਡੋ, ਆਪਾਂ ਨੂੰ ਉਹਦੇ ਬਾਰੇ ਗੱਲ ਕਰਨ ਦੀ ਕੀ ਲੋੜ ਹੈ, ਛੱਡੋ। ਹੋਰ ਕੀ, ਜਿੰਨਾ ਮਰਜ਼ੀ ਉਹਦਾ ਕਰ ਲਓ, ਪਰ ਉਹ ਤਾਂ ਅੱਗੋਂ ਬੋਲੋ ਹਟਦੀ ਨਹੀਂ। ਪੁੱਤਰ, ਤੂੰ ਉਹਦੇ ਬਾਰੇ ਜ਼ਿਆਦਾ ਸੋਚਿਆ ਨਾ ਕਰ, ਉਹ ਸਾਡੀ ਬਰਾਬਰੀ ਕਦੀ ਨਹੀਂ ਕਰ ਸਕਦੇ, ਅਸੀਂ ਹਮੇਸ਼ਾ ਉਹਨਾਂ ਤੋਂ ਅੱਗੇ ਰਹਾਂਗੇ। ਮੌਮ, ਮੈਂ ਤਾਂ ਕਿਰਤ ਬਾਰੇ ਕੁਝ ਸੋਚਦਾ ਨਹੀਂ, ਤੁਸੀਂ ਉਹ ਟੈਨਸ਼ਨ ਲੈਂਦੇ ਹੋ। ਉਹ ਛੱਡੋ ਲਵਲੀ, ਮੈਂ ਦੇਸੀ ਘਿਓ ਦੀਆਂ ਪਿੰਨੀਆਂ ਬਣਾਈਆਂ, ਤੂੰ ਬੈਠ, ਮੈਂ ਤੇਰੇ ਵਾਸਤੇ ਲੈ ਕੇ ਆਉਂਦੀ ਹਾਂ। ਦਾਦੀ, ਮੈਂ ਵੀ ਖਾਊਂਗਾ। ਸੱਚੀ? ਚੱਲ ਫਿਰ। ਮੈਂ ਦੇਖ ਕੇ ਆਈ ਹਾਂ ਕਿਰਤ ਨੂੰ, ਉਹ ਠੀਕ ਆ ਹੁਣ, ਆ ਪੁਲਿਸ ਪੁਲਿਸ ਤੋਂ ਡਰਨ ਦੀ ਹੁਣ ਕੋਈ ਲੋੜ ਨਹੀਂ ਹੈ। ਬਾਬਾ ਜੀ ਨੇ ਬਚਾ ਲਿਆ, ਪਰ ਜੋ ਉਹਨਾਂ ਨੂੰ ਬਚਾਉਣ ਦਾ ਪਲਾਨ ਸੀ, ਹੁਣ ਉਹਦਾ ਕੀ?
ਹੁਣ ਦਰਦ ਨਹੀਂ ਹੋ ਰਿਹਾ ਪੁੱਤਰ? ਨਹੀਂ ਮੰਮੀ, ਹੁਣ ਦਰਦ ਨਹੀਂ ਹੋ ਰਿਹਾ, ਪਰ ਮੈਨੂੰ ਇਸ ਕਰਕੇ ਦਰਦ ਹੋ ਰਿਹਾ ਕਿ ਤੁਸੀਂ ਦੋਨੋਂ ਮੇਰੀ ਸੇਵਾ ਕਰ ਰਹੇ ਹੋ। ਪਰ ਮੈਨੂੰ ਡਾਕਟਰਾਂ ਦੀ ਇਹ ਸਮਝ ਨਹੀਂ ਆਈ, ਇੰਨੀ ਛੋਟੀ ਜਿਹੀ ਸੱਟ ਪਿੱਛੇ ਮੇਰਾ ਇੰਨਾ ਵੱਡਾ ਆਪਰੇਸ਼ਨ ਕਰਤਾ। ਇਹਨਾਂ 'ਤੇ ਤਾਂ ਮੈਂ ਕੇਸ ਕਰਾਂਗੀ। ਰਹਿਣ ਦਿਓ ਵਕੀਲ ਸਾਹਿਬ, ਤੂੰ ਨਾ ਪਹਿਲੇ ਰੈਸਟ ਕਰਕੇ ਜਲਦੀ ਨਾਲ ਠੀਕ ਹੋ ਜਾ, ਅਸੀਂ ਹੁਣ ਹੋਰ ਸੇਵਾ ਨਹੀਂ ਕਰ ਸਕਦੇ ਤੇਰੀ। ਪਰ ਮੈਂ ਤਾਂ ਕਰ ਸਕਦੀ ਹਾਂ, ਦੇਖਿਆ ਮਾਂ ਤੇ ਮਾਂ ਹੁੰਦੀ ਹੈ। ਕਿਉਂ, ਪਿਓ ਚੰਗੇ ਨਹੀਂ ਹੁੰਦੇ? ਪਿਓ ਵੀ ਚੰਗੇ ਹੁੰਦੇ ਆ, ਪਰ ਥੋੜੇ ਆਲਸੀ ਹੁੰਦੇ ਆ। ਗੁਰਮਨ। ਸ਼ੰਮੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਰਤ ਕਿਵੇਂ ਆ ਹੁਣ ਗੁਰਮਨ? ਤੂੰ ਘਰੇ ਆ ਕੇ ਖੁਦ ਹੀ ਉਹ ਤੋਂ ਪੁੱਛਣਾ, ਤੈਨੂੰ ਦੇਖ ਕੇ ਪਿਓਤੀ ਖੁਸ਼ ਹੋ ਜਾਣਗੇ। ਮੈਂ ਉਹਨਾਂ ਨੂੰ ਬਾਅਦ 'ਚ ਪਹਿਲਾਂ ਤੈਨੂੰ ਮਿਲਣ ਆ ਰਿਹਾ ਸੀ। ਮੈਨੂੰ? ਲੈ ਫੜ। ਇਹ ਕੀ ਹੈ? ਪੈਸੇ। ਕਿਹੜੇ ਪੈਸੇ? ਜਿਹੜੇ ਪੈਸੇ ਤੂੰ ਕਿਰਤ ਦੇ ਆਪਰੇਸ਼ਨ ਲਈ ਕਿਸੇ ਤੋਂ ਲਏ ਸੀ ਨਾ, ਉਹਨਾਂ ਨੂੰ ਮੋੜ ਦੇ। ਨਹੀਂ ਨਹੀਂ ਸ਼ੰਮੀ, ਇਹ ਮੈਂ ਕਿਵੇਂ ਲੈ ਸਕਦੀ ਹਾਂ? ਇਹ ਕਹਿ ਕੇ ਕਰਤਾ ਨਾ ਬੇਗਾਨਾ, ਦੋਸਤੀ ਦੇ ਵਿੱਚ ਸਵਾਲ ਨਹੀਂ ਹੋਣੇ ਚਾਹੀਦੇ। ਪਟ ਸ਼ੰਮੀ, ਉਹ ਤਾਂ ਠੀਕ ਹੈ, ਪਰ ਤੈਨੂੰ ਦਿਲਾਂ ਦੇ ਰਿਸ਼ਤੇ ਦੀ ਸੌਂਹ ਤੈਨੂੰ ਲੈਣੀ ਪੈਣੀ। ਮੈਨੂੰ ਇਹ ਠੀਕ ਨਹੀਂ ਲੱਗ ਰਿਹਾ। ਕੀ? ਤੂੰ ਇੱਥੇ ਕਿਵੇਂ? ਮੈਂ ਤਾਂ ਇੱਥੇ ਕਿਰਤ ਦਾ ਹਾਲ ਚਾਲ ਪੁੱਛਣ ਆਈ ਸੀ, ਪਰ ਤੁਸੀਂ ਇੱਥੇ? ਤੇ ਇਹ ਕੀ ਹੈ? ਦੋਸਤੀ ਨਿਭਾਉਣ ਆਏ ਹੋ? ਮਦਦ ਕੀਤੇ ਬਿਨਾਂ ਕਿੱਥੇ ਰਿਹਾ ਜਾਣਾ? ਗੁਰਮਨ, ਆਹ ਪੈਸੇ ਫੜ ਲੈ। ਮੈਨੂੰ ਇਹ ਪੈਸੇ ਨਹੀਂ ਚਾਹੀਦੇ ਪ੍ਰਭਜੋਤ। ਕਿਉਂਕਿ ਤੈਨੂੰ ਲੱਗਦਾ ਹੈ ਮੈਨੂੰ ਬੁਰਾ ਲੱਗੇਗਾ? ਮੈਂ ਤੈਨੂੰ ਆਪ ਕਹਿ ਰਹੀ ਹਾਂ, ਫੜ ਲੈ ਪੈਸੇ। ਪ੍ਰਭਜੋਤ, ਮੇਰੀ ਸਮਝ ਤੋਂ ਬਾਹਰ, ਥੋੜ੍ਹੀ ਦੇਰ ਪਹਿਲਾਂ ਤਾਂ ਮੈਨੂੰ ਲੰਗਰ ਸੇਵਾ ਵੀ ਨਹੀਂ ਕਰਨ ਦੇ ਰਹੀ ਸੀ, ਹੁਣ ਪਤਾ ਨਹੀਂ ਕੀ ਚਾਹੁੰਦੀ ਹੈ। ਪਾਪਾ ਜੀ ਨਾ ਕਹਿ ਕੇ ਗਈ ਸੀ ਕਿ ਤੁਹਾਡਾ ਹਮੇਸ਼ਾ ਧਿਆਨ ਰੱਖਣਾ, ਇਸ ਲਈ ਕਹਿ ਰਹੀ ਹਾਂ, ਲੈ ਲੈ ਪੈਸੇ। ਸ਼ੰਮੀ ਜੀ, ਤੁਸੀਂ ਕੁਛ ਬੋਲੋ। ਗੁਰਮਨ,
ਤੂੰ ਆ ਪੈਸੇ ਲੈ ਲਾ। ਹੁਣ ਤਾਂ ਪ੍ਰਭਜੋਤ ਵੀ ਕਹਿ ਰਹੀ ਹੈ ਨਾ। ਵਾਹ, ਤੈਨੂੰ ਤਾਂ ਉਂਗਲ ਫੜਾਈ ਸੀ, ਤੂੰ ਤਾਂ ਪੂਰਾ ਹੱਥ ਹੀ ਫੜ ਲਿਆ। ਤੇਰੀ ਭੁੱਖ ਕਦੀ ਨਹੀਂ ਮਿਟਣੀ। ਹੌਲੀ ਹੌਲੀ ਨਾ, ਤੂੰ ਸਾਡਾ ਸਾਰਾ ਘਰ ਖਾ ਲੈਣਾ। ਸ਼ਮੀ ਜੀ, ਤੁਹਾਨੂੰ ਆਪਣੀ ਘਰ ਵਾਲੇ ਨੂੰ ਝੂਠ ਬੋਲ ਕੇ ਆਹ ਕੰਮ ਕਰਦਿਆਂ ਸ਼ਰਮ ਨਹੀਂ ਆਉਂਦੀ? ਮੇਰੇ ਦੋਸਤ ਹਮੇਸ਼ਾ ਮੇਰੇ ਨਾਲ ਖੜੇ ਰਹੇ ਆ, ਤੇ ਹੁਣ ਮੈਂ ਵੀ ਉਹਨਾਂ ਦੇ ਨਾਲ ਖੜਾ ਹੋਊਂਗਾ, ਚਾਹੇ ਜੋ ਮਰਜ਼ੀ ਹੋ ਜਾਵੇ। ਗੁਰਮਨ, ਤੈਨੂੰ ਆ ਪੈਸੇ ਲੈਣੇ ਪੈਣੇ ਆ। ਸ਼ਮੀ, ਦੋਸਤੀ ਕੀ ਹੁੰਦੀ ਆ ਇਹ ਪ੍ਰਭਜੋਤ ਕਦੇ ਵੀ ਨਹੀਂ ਸਮਝ ਸਕਦੀ।